ਹਾਂਜੀ ਬ੍ਰਾਇਨ ਤਾਂ ਵੈਲਕਮ ਟੂ ਮਾਈ ਯੂਟਿਊਬ ਚੈਨਲ ਧਮਾਨ ਬਾਈਕ ਟਿਪਸ। ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਆਪਾਂ ਚੱਲਾਂਗੇ, ਇੱਕ ਤਾਂ ਆਪਾਂ ਪੇਂਟਰ ਦੇ ਕੋਲ ਜਾਣਾਂਗੇ, ਇੱਕ ਆਪਾਂ ਨੇ ਜੋ ਆਪਣੇ ਕੋਲ ਬਾਈਕ ਦਾ ਰੀਸਟੋਰਿੰਗ ਕਰਨੀ ਹੈਗੀ ਨਾ, ਉਹਦਾ ਆਪਾਂ ਨੇ ਸਮਾਨ ਲੈਣ ਜਾਣਾ ਗਾ। ਆਪਾਂ ਨੇ ਉਹਦਾ ਮਤਲਬ ਸਪੇਅਰ ਪਾਰਟ ਲੈ ਕੇ ਆਉਣਾ ਗਾ, ਅਤੇ ਇੰਜਣ ਆਪਾਂ ਖਰਾਬ ਵਾਲੇ ਕੋਲੋਂ ਇੰਜਣ ਵੀ ਲੈ ਕੇ ਆਉਣਾ ਗਾ। ਇਹ ਆਪਾਂ ਤੁਹਾਨੂੰ ਮਿਲਦੇ ਹਾਂਗੇ ਭੰਬਰੇ ਕੋਟਲਾ ਚੱਲ ਕੇ, ਆਪਾਂ ਜਾ ਰਹੇ ਹਾਂ ਭੰਬਰੇ ਕੋਟਲਾ ਆਪਣੀ ਪਿਆਰੀ ਜੀ ਬਾਈਕ ਦੇ ਉੱਤੇ। ਆਪਣੇ ਕੋਲ ਫੈਲਾਰ ਬਜਾਜ ਬੋਕਸਰ 80 ਬਾਈਕ ਹੈਗੀ ਜਿਹਦੇ ਉੱਤੇ ਆਪਾਂ ਜਾ ਰਹੇ ਹਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਨੂੰ ਜਾਣਾ ਚਾਰ ਸ਼ਾਮ ਦੇ 4 ਵੱਜ ਚੁੱਕੇ ਨੇਗੇ, ਕਿ ਆਪਾਂ ਜਾ ਕੇ ਮਿਲਦੇ ਹਾਂ ਖਰਾਦ ਵਾਲੇ ਦੇ। ਹਾਂਜੀ ਫਰੈਂਡ, ਤਾਂ ਇਸ ਵੀਡੀਓ ਦੇ ਵਿੱਚ ਨਾ ਆਪਾਂ ਤੁਸੀਂ ਦੇਖ ਸਕਦੇ ਹੋ ਮੈਂ ਰੋਡ 'ਤੇ ਆ ਚੁੱਕਿਆ ਹਾਂ। ਰੋਡ 'ਤੇ ਆਉਣ ਤੋਂ ਬਾਅਦ ਆਪਾਂ ਜਾ ਰਹੇ ਹਾਂਗੇ ਪਿੰਟਰ ਦੇ ਕੋਲ ਵੀ। ਅੱਜ ਆਪਾਂ ਸਟਿੱਕਰ ਲੈ ਕੇ ਇੱਕ ਪਿੰਟ ਨੂੰ ਦੇ ਕੇ ਆਉਣੇ ਨੇ, ਅਤੇ ਸਟਿੱਕਰ ਲੈ ਕੇ ਪਿੰਟ ਨੂੰ ਦੇ ਕੇ ਆਉਣੇ ਨੇ, ਅਤੇ ਆਪਾਂ ਨੇ ਬਾਈਕ ਦਾ ਕੰਮ ਵੀ ਕਲਰ ਦਾ ਸਟਾਰਟਿੰਗ ਹੋ ਚੁੱਕਿਆ ਜਾਂ ਨਹੀਂ, ਤਾਂ ਆਪਾਂ ਦੱਸਾਂਗੇ ਜਾ ਕੇ। ਅੱਜ ਆਪਾਂ ਪਿੰਟ ਦੇ ਨਾਲ ਗੱਲਬਾਤ ਕਰਾਂਗੇ ਅਤੇ ਪੁੱਛਦੇ ਹਾਂ ਪਿੰਟ ਨੂੰ ਕਿੰਨਾ ਕੁ ਟਾਈਮ ਲੱਗਦਾ ਗਾ। ਤੁਸੀਂ ਦੇਖ ਸਕਦੇ ਹੋ ਕਿ ਆਪਾਂ ਬਾਈਕ ਉੱਤੇ ਜਾ ਰਹੇ ਹਾਂ, 10 ਮਿੰਟ ਜਾਣਾ ਪੈਂਦਾ ਗਾ ਆਪਾਂ ਸਮਾਨ ਲੈਣ ਲਈ, ਅਤੇ ਆਪਣੀ ਬਾਈਕ ਦਾ ਸਮਾਨ ਪਿਆ ਗਾ ਜਿਹੜੀ ਕਿ ਪਿੰਟ ਦੇ ਕੋਲ। ਅੱਜ ਆਪਾਂ ਤੁਹਾਡੀ ਪਿੰਟ ਨਾਲ ਵੀ ਗੱਲਬਾਤ ਕਰਾਉਂਦੇ ਹਾਂ, ਅਤੇ ਆਪਾਂ ਸ਼ੁਰੂ ਕਰਦੇ ਹਾਂ ਨਹੀਂ ਜਾ ਕੇ। ਹਾਂਜੀ, ਤਾਂ ਦੂਜੇ ਪਾਰਟ ਦੇ ਵਿੱਚ ਤੁਹਾਡਾ ਸਵਾਗਤ ਹੈ। ਚਲੋ ਆਪਾਂ ਲੈ ਕੇ ਚੱਲੇ ਇੱਕ ਕਰਿੰਕ ਲੈ ਕੇ ਚੱਲੇ ਹਾਂ। ਤੁਸੀਂ ਦੇਖ ਸਕਦੇ ਹੋ ਜੋ ਕਰਿੰਕ ਦਾ ਕੰਮ ਕਰਾਇਆ, ਇਹਦੇ ਵਿੱਚ ਮਾਲੇ ਦਾ ਪਿਸ਼ਨ ਪਾਇਆ ਗਾ, ਐਂਡ ਹੈੱਡ ਦਾ ਕੰਮ ਆਪਣਾ ਵਰਕ ਹੋ ਚੁੱਕਿਆ ਗਾ। ਆਹ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਾਲ ਵਗੈਰਾ ਪਾ ਚੁੱਕੇ ਨੇਗੇ। ਊਸ਼ਾ ਕੰਪਨੀ ਦਾ ਆਪਾਂ ਨੇ ਵਾਲ ਇਹਦੇ ਵਿੱਚ ਇੰਸਟਾਲ ਕਰਾਏ ਨੇ, ਅਤੇ ਆ ਰਹੀ ਆਪਣੀ ਕਿੱਟ ਜੋ ਕਿ ਇਹਦੇ ਵਿੱਚ ਆਪਣਾ ਪਿਸ਼ਨ ਬੋਰ ਕਰਾਇਆ। ਸਭ ਤੋਂ ਪਹਿਲਾਂ ਆਪਾਂ ਇਹਦੀ ਕਰਿੰਕ ਵਗੈਰਾ ਪੈਕ ਕਰ ਲੈਂਦੇ ਹਾਂ। ਪੈਕ ਕਰੇ ਹੈੱਡ ਬਾਲ ਆਪਣਾ ਕਿੱਟ ਮਾਲਾ ਨੇ ਪੁੱਛਣਾ, ਚੱਲ ਚੱਕ। ਆਪਾਂ ਸਟਿੱਕਰ ਲੈ ਕੇ ਆ ਚੁੱਕੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਸਟਿੱਕਰ ਅਤੇ ਆਪਣਾ ਸਮਾਨ ਹੋ ਰਿਹਾ ਹੈਗਾ ਤਿਆਰ ਹੈ। ਤਾਂ ਨੈਕਸਟ ਮੋਰਨਿੰਗ ਦੇ ਵਿੱਚ ਤੁਹਾਡਾ ਸਵਾਗਤ ਆ। ਆਪਾਂ ਅਗਲੇ ਦਿਨ ਅਗਲਾ ਦਿਨ ਹੋ ਚੁੱਕਿਆ ਹੈਗਾ, ਅਤੇ ਅਗਲੇ ਦਿਨ ਦੇ ਵਿੱਚ ਆਪਾਂ ਨੇ ਇਹਦਾ ਨਾ ਜੋ ਕਿ ਆਪਾਂ ਪਾਰਟ ਦੂਜਾ ਆਪਾਂ ਬਣਾ ਰਹੇ ਹਾਂਗੇ, ਬਜਾਜ ਸਿਟੀ ਹੰਡਰਡ ਰੀਸਟੋਰ ਦਾ ਆਪਾਂ ਦੂਸਰਾ ਪਾਰਟ ਬਣਾ ਰਹੇ ਹਾਂ। ਇਹਦੇ ਵਿੱਚ ਮੈਂ ਜਾ ਕੇ ਸਮਾਨ ਸਾਰਾ ਸਪੇਅਰ ਪਾਰਟ ਦਾ ਲਿਆ, ਅਤੇ ਪੇਂਟਰ ਵਾਲੇ ਕੋਲ ਵੀ ਜਾ ਕੇ ਆ ਚੁੱਕਿਆ ਹੈਗਾ। ਤੁਹਾਨੂੰ ਪਤਾ ਹੈਗਾ ਕਿ ਉਸਨੇ ਕੰਮ ਸਟਾਰਟ ਕੀਤਾ ਹੋਇਆ, ਤੁਸੀਂ ਨੇ ਦੇਖਿਆ ਹੈਗਾ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਕੰਮ ਕਰ ਰਿਹਾ ਹੈਗਾ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਦੇਖਿਆ ਹੈਗਾ। ਅਤੇ ਹੁਣ ਨੈਕਸਟ ਮੋਰਨਿੰਗ ਆ, ਮੈਂ ਸਪੇਅਰ ਪਾਰਟ ਦਾ ਵੀ ਸਮਾਨ ਲੈ ਕੇ ਆ ਚੁੱਕਿਆ। ਸਪੇਅਰ ਪਾਰਟ ਦਾ ਸਮਾਨ ਮੈਂ ਤੁਹਾਨੂੰ ਉਸ ਤੋਂ ਬਾਅਦ ਦਿਖਾਊਂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੰਜਨ ਦੇ ਨਜ਼ਰ ਮਰਾਂ ਦਾ, ਹੁਣ ਇਸਨੂੰ ਆਪਾਂ ਕਰ ਦਿਆਂਗੇ ਕਲੀਨ, ਮਤਲਬ ਇਸਨੂੰ ਆਪਾਂ ਡੀਜ਼ਲ ਦੇ ਨਾਲ ਧੋ ਕੇ ਪ੍ਰੈਸ਼ਰ ਦੇ ਨਾਲ ਧੋ ਕੇ ਇਸਨੂੰ ਚੰਗੀ ਤਰ੍ਹਾਂ ਆਪਾਂ ਰੱਖ ਲੈਂਦੇ ਹਾਂਗੇ। ਧੋਣ ਤੋਂ ਬਾਅਦ ਆਪਾਂ ਇਸਨੂੰ ਆਪਾਂ ਪ੍ਰੋਪਰ ਕਰਾਂਗੇ ਪੈਕ, ਅਤੇ ਪੈਕਿੰਗ ਦਾ ਤੁਹਾਨੂੰ ਨੈਕਸਟ ਪਾਰਟ ਮਿਲੂਗਾ। ਉਸਨੂੰ ਆਪਾਂ ਪ੍ਰੋਪਰ ਪੂਰਾ ਰੀਸਟੋਰ ਕਰਨ, ਜਾਣੀ ਕਿ ਨੈਕਸਟ ਪਾਰਟ ਦੇ ਵਿੱਚ ਆਪਾਂ ਇੰਜਨ ਨੂੰ ਰਿਬਿਲਡ ਕਰਾਂਗੇ। ਉਸ ਤੋਂ ਨੈਕਸਟ ਪਾਰਟ ਦੇ ਵਿੱਚ ਆਪਾਂ ਜਾਣੀ ਕਿ ਜੋ ਵੀ ਇਸਦਾ ਸਮਾਨ, ਜਿਸ ਤਰ੍ਹਾਂ ਵਫਿੰਗ ਕਰਨੀ ਆ, ਚੱਕਾ ਚੇਂਜ ਕਰਾ ਕੇ ਲੈ ਕੇ ਆਉਣਾ ਪਿੰਟਰ ਕੋਲ, ਨੈਕਸਟ ਟਾਈਮ ਜਾਣਾ ਗਾ
ਉਹ ਆਪਾਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਦੇਵਾਂਗੇ। ਅਤੇ ਹੁਣ ਆਪਾਂ ਇੰਜਨ ਦੀ ਆਪਾਂ ਕਰ ਦਿਆਂਗੇ ਕਲੀਨਿੰਗ। ਇੰਜਨ ਨੂੰ ਸਭ ਤੋਂ ਪਹਿਲਾਂ ਇਹਦੇ ਜੈਮ ਵਗੈਰਾ ਖੁਰਚਦੇ ਹਾਂ ਅਤੇ ਇਸਨੂੰ ਆਪਾਂ ਧੋਣਿਆਂਗੇ। ਤੁਹਾਨੂੰ ਪਹਿਲਾਂ ਮੈਂ ਇੰਜਨ ਦੇ ਨਜ਼ਰ ਮਿਲਾ ਦੇਵਾਂ ਕਿ ਕਿਸ ਤਰ੍ਹਾਂ ਦੇਦਾ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਅਤੇ ਬੈਲ। ਹਾਂਜੀ ਫਰੈਂਡ, ਤਾਂ ਇਸ ਇੰਜਨ ਦੀ ਇਸ ਤਰ੍ਹਾਂ ਦੀ ਹਾਲਤ ਆ ਗਈ ਆ। ਤੁਸੀਂ ਦੇਖ ਸਕਦੇ ਹੋ ਕਿ ਇਹਦੇ ਹਾਲਤ ਕਿਸ ਤਰ੍ਹਾਂ ਦੀ ਹੈਗੀ। ਇਸ ਤਰ੍ਹਾਂ ਦੀ ਹਾਲਤ ਆ ਗਈ ਸੀ। ਇਸਨੂੰ ਆਪਾਂ ਚੰਗੀ ਤਰ੍ਹਾਂ ਕਰ ਦਿਆਂਗੇ ਕਲੀਨ ਸਭ ਤੋਂ ਪਹਿਲਾਂ ਡੀਜ਼ਲ ਦੇ ਨਾਲ। ਡੀਜ਼ਲ ਤੋਂ ਬਾਅਦ ਆਪਾਂ ਕਰਾਂਗੇ ਇਸਨੂੰ, ਡੀਜ਼ਲ ਤੋਂ ਬਾਅਦ ਆਪਾਂ ਇਸਨੂੰ ਕਰਾਂਗੇ ਕੰਪਰੈਸਰ ਦੇ ਨਾਲ ਸਾਫ਼। ਆ ਤੁਸੀਂ ਦੇਖ ਸਕਦੇ ਹੋ ਇਸਦੇ ਆਪਾਂ ਪ੍ਰੋਪਰ ਪਹਿਲਾਂ ਜੈਨ ਜੂਨ ਲਾ ਲੈਂਦੇ ਹਾਂ। ਜੋ ਵੀ ਇਸਦੇ ਵਿੱਚ ਸੀਲਾਂ ਪੈਣੀਆਂ ਨੇ ਉਹਨਾਂ ਨੂੰ ਵੀ ਆਪਾਂ ਕਰ ਲੈਂਦੇ ਹਾਂਗੇ ਚੇਂਜ। ਐਂਡ ਉਸ ਤੋਂ ਬਾਅਦ ਆਹ ਤੁਸੀਂ ਦੇਖ ਸਕਦੇ ਹੋ ਇਸਦਾ ਇੰਜਨ ਜੋ ਕਿ ਇਸ ਤਰ੍ਹਾਂ ਦੀ ਹਾਲਤ ਆ ਇਸਦੀ। ਅਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂਗੇ ਇਸਦਾ ਜੋ ਪਾਰਟ ਆਪਾਂ ਖਰਾਦ ਵਾਲੇ ਕੋਲ ਲੈ ਕੇ ਆਏਗੇ ਉਹ ਵੀ ਦਿਖਾ ਦਿੰਦੇ ਹਾਂ ਤੁਹਾਨੂੰ। ਜਿਸ ਤਰ੍ਹਾਂ ਕਿ ਆਹ ਸਿਲੰਡਰ ਕਿਹੜਾ ਕੀ ਅਤੇ ਆ ਹੈਗੀ ਆ ਆਪਣੀ ਕਰੰਕ। ਉਸ ਤੋਂ ਬਾਅਦ ਆ ਗਿਆ ਆਪਣਾ ਹੈੱਡ। ਇਸ ਤਰ੍ਹਾਂ ਦੀ ਹੈ ਇਸਦੀ ਕੇਮ। ਕੇਮ ਨਿਕਲੀ ਨਹੀਂ ਸੀਗੀ ਕਿਉਂਕਿ ਇੱਥੇ ਆਪਣੇ ਕੋਲੋਂ ਆਪਾਂ ਨੇ ਖਰਾਦ ਵਾਲੇ ਕੋਲੋਂ ਜਾ ਕੇ ਕਢਵਾਈ ਹੈਗੀ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਇਸਦਾ ਰੋਕਰ, ਰੋਕਰ ਪਿੰਨ ਜੋ ਕਿ ਜਾਮ ਸੀਗੀ। ਅਤੇ ਇਸਦੇ ਵਿੱਚ ਆਪਾਂ ਪਿਸਟਨ ਇੰਸਟਾਲ ਕੀਤਾ ਮਾਲਾ ਕੰਪਨੀ ਦਾ। ਆਹ ਤੁਸੀਂ ਦੇਖ ਸਕਦੇ ਹੋ ਕਿ ਮਾਲਾ ਦਾ ਪਿਸਟਨ ਹੈਗਾ। ਚਲੋ ਸਭ ਤੋਂ ਪਹਿਲਾਂ ਮੈਂ ਇੰਜਨ ਨੂੰ ਚੰਗੀ ਤਰ੍ਹਾਂ ਕਰ ਲੈਂਦਾ ਗਾ ਕਲੀਨ। ਇਸ ਨੂੰ ਚੰਗੀ ਤਰ੍ਹਾਂ ਕਲੀਨ ਕਰਦਾ ਪਏ ਤੁਹਾਨੂੰ ਦਿਖਾਉਣਾ ਪਾਰਟਸ। ਅਤੇ ਇਸਨੂੰ ਆਪਾਂ ਚਿਣ ਕੇ ਰੱਖ ਦਿਆਂਗੇ। ਉਸ ਤੋਂ ਬਾਅਦ ਇਸਨੂੰ ਕਰਾਂਗੇ ਪੈਕਿੰਗ ਕਰਨਾ ਸਟਾਰਟ। ਹਾਂਜੀ ਫਰੈਂਡਸ, ਤਾਂ ਆਪਾਂ ਨੇ ਇੰਜਨ ਨੂੰ ਪ੍ਰੋਪਰ ਕਲੀਨ ਕਰ ਲਿਆ ਗਾ। ਆਹ ਤੁਸੀਂ ਦੇਖ ਸਕਦੇ ਹੋ ਇੰਜਨ ਦੇ ਪਹਿਲਾਂ ਹਾਲਾਤ ਕੀ ਸੀਗੇ ਅਤੇ ਇੰਜਨ ਨੂੰ ਪ੍ਰੋਪਰ ਕਲੀਨ ਕਰਕੇ ਰੱਖਿਆ ਗਿਆ ਗਾ। ਆਹ ਤੁਸੀਂ ਦੇਖ ਸਕਦੇ ਹੋਗੇ ਕਿ ਇਹਨਾਂ ਦੇ ਆਪਾਂ ਨੇ ਚੰਗੀ ਤਰ੍ਹਾਂ ਫੇਸ ਕਲੀਨ ਕਰ ਲਏ ਨੇ ਅਤੇ ਇਹਨਾਂ ਦੇ ਉੱਤੇ ਰੇਗਮਾਲ ਵਗੈਰਾ ਲਗਾ ਲਏਗਾ ਤਾਂ ਕਿ ਆਪਣਾ ਇੰਜਨ ਓਇਲ ਲੀਕ ਨਾ ਹੋ ਸਕੇ। ਅਤੇ ਆ ਰਹੀ ਇਸਦੀ ਕਿੱਟ, ਆ ਰਹੇ ਬਾਕੀ ਸਾਰਾ ਸਮਾਨ ਜੋ ਕਿ ਆਪਾਂ ਨੇ ਪ੍ਰੋਪਰ ਕਲੀਨ ਕਰਕੇ ਰੱਖਿਆ ਹੋਇਆ ਗਾ। ਜਿੰਨਾ ਕਲੀਨ ਹੋ ਸਕਿਆ ਆਪਾਂ ਨੇ ਓਨਾ ਕਲੀਨ ਕਰਕੇ ਰੱਖ ਲਿੱਤਾ ਗਿਆ ਗਾ। ਅਤੇ ਇਹ ਦੂਸਰਾ ਪਾਰਟ ਹੈਗਾ, ਦੂਸਰੇ ਪਾਰਟ ਦੇ ਵਿੱਚ ਇੰਨੇ ਹੀ। ਇਸਨੂੰ ਆਪਾਂ ਤੀਸਰੇ ਪਾਰਟ ਦੇ ਵਿੱਚ ਪ੍ਰੋਪਰ ਇਹਦੀ ਫੀਟਿੰਗ ਕਰਾਂਗੇ, ਇੰਸਟਾਲਿੰਗ ਕਰਾਂਗੇ ਇਸਦੀ। ਇੰਸਟਾਲਿੰਗ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਇਸਦੇ ਪਹਿਲਾਂ ਇੰਜਨ ਦੀ ਫੀਟਿੰਗ ਅਤੇ ਦੂਸਰੇ ਪਾਰਟ ਦੇ ਵਿੱਚ ਆਪਾਂ ਜਿਸ ਟਾਈਮ ਇਸਦਾ ਮਤਲਬ ਸਮਾਨ ਲੈ ਕੇ ਆਵਾਂਗੇ ਪੇਂਟਰ ਕੋਲ, ਹੋਰ ਵੀ ਜੋ ਕੰਮ ਨੇ ਬਾਕੀ ਉਹ ਵਾਲੇ ਵੀ ਕਰਾਂਗੇ। ਉਹਨਾਂ ਤੋਂ ਬਾਅਦ ਜਾਣੀ ਕਿ ਇੱਕ ਹੋਰ ਪਾਰਟ ਆਊਗਾ ਜਿਹਦੇ ਵਿੱਚ ਆਪਾਂ ਪੂਰੀ ਪ੍ਰੋਪਰ ਅਸੈਂਬਲਿੰਗ ਕਰਾਂਗੇ ਇਸਦੀ ਇੰਜਨ ਦੀ। ਅਤੇ ਸਪਰੇ ਜਿੱਥੇ ਵੀ ਚਾਸੀ ਦੇ ਵਿੱਚ ਸਪਰੇ ਵਗੈਰਾ ਵੱਜਣੀ ਆ ਉਹਦੇ ਵਿੱਚ ਆਪਾਂ ਸਪਰੇ ਵਗੈਰਾ ਯੂਜ਼ ਕਰਾਂਗੇ ਤਾਂ ਕਿ ਆਪਣਾ ਪ੍ਰੋਪਰ ਕਰ ਸਕੀਏ।